ਰੇਡੀਓ ਜਨਪਦੇਸ਼ੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ ਗਗਨਦੀ ਫਾਜ਼ਿਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਬ੍ਰਿਟੇਨ ਨੇ ਚੀਨ ਤੇ ਵਿਨਿਆਨਿਸ਼ਾਨਾ ਕਿਹਾ ਪਰੋਸਾ ਕਰਨ ਦਾ ਇੱਕ ਦੇਸ਼ ਨਹੀਂ ਹੈ ਚੀਨ ਯੂਐਸ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ ਵਾਪਸ ਭੇਜੇ ਜਾ ਸਕਦੇ ਨੇ ਘਰ ਕਾਂਪੂਰ ਪੁਲਿਸ ਕਤਲकांड ਤੋਂ ਖਤੜੀ ਦੇ ਵਿੱਚ ਵੀ ਮਹਾਰਸੀ ਗੈਂਗਸਟਰ ਵਿਕਾਸ ਦੁਬੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਸਥਾਨਕ ਲੋਕਾਂ ਨੂੰ ਮਿਲੇਗਾ 75% ਦੀ ਰਾਖਵਾ ਕਰਨ ਪੰਜਾਬ ਹਿਮਾਚਲ ਸਰਹੱਦ ਤੇ ਪੁਲਿਸ ਨੇ ਲਗਾਇਆ ਸਪੈਸ਼ਲ ਨਾਕਾ ਰੋਪੜ ਦੇ ਸਕੂਲ ਫੀਸ ਸਾਥੇ ਹੋਰ ਮੁੱਦਿਆਂ ਤੇ ਅਕਾਲੀ ਦਲ ਨੇ ਕਿਹਾ ਹੀ ਸਰਕਾਰ ਚੰਡੀਗੜ੍ਹ ਚ ਕਿਹਾ ਟਾਰਿਆ ਕਰੋਨਾ 59 ਕੇਸਾਂ ਦੀ ਹੋਈ ਪੁਸ਼ਟੀ ਇੱਕ ਦੀ ਹੋਈ ਮੌਤ ਤੇ ਹੁਣ ਖਬਰਾਂ ਵਿਸਥਾਰ ਨਾਲ ਲੰਡਨ ਨਾਲ ਸੰਬੰਧਿਤ ਹੈ ਖਬਰ ਦੇ ਅਨੁਸਾਰ ਹਾਂਗਕਾਂਗ ਤੇ ਮੁੱਦੇ ਤੇ ਬ੍ਰਿਟੇਨ ਅਤੇ ਚੀਨ ਦੇ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੋਮਨਿਕ ਰਾਬ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਚੀਨ ਵੱਲੋਂ ਹਾਂਗਕਾਂਗ ਦੇ ਵਿੱਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਿਆਉਣ ਦੇ ਬਾਅਦ ਅੰਤਰਰਾਸ਼ਟਰੀ ਫਰਜ਼ਾਂ ਸੰਬੰਧੀ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹਾਂਗਕਾਂਗ ਬ੍ਰਿਟੇਨ ਦੀ colony ਰਹਿਾਇਆ ਜਦੋਂ ਬ੍ਰਿਟੇਨ ਨੇ 1997 ਦੇ ਵਿੱਚ ਹਾਂਗਕਾਂਗ ਨੂੰ ਵਿਜੀਗ ਨੂੰ ਦਿੱਤਾ ਸੀ ਤਾਂ ਉਸਨੇ ਇਸ ਸ਼ਹਿਰ ਨੂੰ ਘੱਟੋ ਘੱਟ 2047 ਤੱਕ ਖੁਦਮੁਖਤਿਆਰੀ ਦੇਣ ਦੀ ਗਾਰੰਟੀ ਵੀ ਲਈ ਸੀ ਪਰ ਚੀਨ ਨਵਾਂ ਸੁਰੱਖਿਆ ਕਾਨੂੰਨ ਲਿਆ ਕੇ ਬ੍ਰਿਟੇਨ ਦੇ ਨਾਲ ਹੋਏ ਇਤਿਹਾਸਿਕ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਰਾਬ ਨੇ ਇਹ ਵੀ ਕਿਹਾ ਹੈ ਕਿ ਚੀਨ ਨੇ ਹਾਂਗਕਾਂਗ ਦੀ ਖੁਦਮੁਖਤਿਆਰੀ ਤੇ ਆਜ਼ਾਦੀ ਬਣਾਈ ਰੱਖਣ ਦਾ ਦਾਅਵਾ ਵੀ ਕੀਤਾ ਸੀ ਇਹ ਆਪਸੀ ਭਰੋਸੇ ਦੀ ਗੱਲ ਸੀ ਹੁਣ ਕਈ ਦੇਸ਼ ਇਹ ਸਵਾਲ ਕਰਨ ਲੱਗੇ ਨੇ ਕਿ ਕੀ ਚੀਨ ਆਪਣੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਨੂੰ ਪੂਰਾ ਕਰਦਾ ਹੈ ਜਦੋਂ ਹਾਂਗਕਾਂਗ ਨੂੰ ਲੈ ਕੇ ਚੀਨ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਤਾਂ ਵੱਡੇ ਅੰਤਰਰਾਸ਼ਟਰੀ ਫਰਜ਼ ਦੀ ਗੱਲ ਆਵੇਗੀ ਤਾਂ ਉਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਰੌਬ ਦੀ ਇਹ ਤਿੱਖੀ ਟਿੱਪਣੀ ਬ੍ਰਿਟੇਨ ਦੇ ਵਿੱਚ ਚੀਨੀ ਰਾਜਦੂਤ ਦੇ ਬਿਆਨ ਤੋਂ ਬਾਅਦ ਆਈ ਹੈ ਚੀਨੀ ਰਾਜਦੂਤ ਲਿਓ ਸ਼ੋਮਿੰਗ ਨੇ ਬ੍ਰਿਟੇਨ ਤੇ ਹਾਂਗਕਾਂਗ ਦੇ ਮੁੱਦੇ ਸੰਬੰਧੀ ਚੀਨ ਦੀ ਅੰਦਰੂਨੀ ਰਾਜਨੀਤੀ ਦੇ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਸੀ ਅਸਲ ਵਿੱਚ ਬ੍ਰਿਟੇਨ ਨੇ ਹਾਂਗਕਾਂਗ ਦੇ ਕਰੀਬ 3.5 ਲੱਖ ਬ੍ਰਿਟਿਸ਼ ਪਾਸਪੋਰਟ ਧਾਰਕਾਂ ਅਤੇ ਕਰੀਬ 26 ਲੱਖ ਹੋਰ ਲੋਕਾਂ ਦੇ ਲਈ ਬ੍ਰਿਟਿਸ਼ ਦੇ ਵਿੱਚ 5 ਸਾਲ ਦੇ ਲਈ ਵਸਣ ਦਾ ਰਸਤਾ ਖੋਲ੍ਹ ਦਿੱਤਾ ਹੈ 6 ਸਾਲ ਪੂਰੇ ਹੋਣ ਤੇ ਉਹ ਬ੍ਰਿਟੇਨ ਦੀ ਨਾਗਰਿਕਤਾ ਦੇ ਲਈ ਅਪਲੀਕੇਸ਼ਨ ਵੀ ਦੇ ਸਕਦੇ ਨੇ ਬ੍ਰਿਟੇਨ ਨੇ ਇਹ ਐਲਾਨ ਚੀਨ ਦੇ ਹਾਂਗਕਾਂਗ ਦੇ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ ਲੈਂ ਤੋਂ ਬਾਅਦ ਕੀਤਾ ਸੀ ਅਮਰੀਕਾ ਦੇ ਵਾਸ਼ਿੰਗਟਨ ਨਾਲ ਸੰਬੰਧਤ ਅੱਜ ਦੀ ਖਬਰ ਦੇ ਅਨੁਸਾਰ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਦਰਅਸਲ ਅਮਰੀਕਾ ਦੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਘਰ ਭੇਜਣ ਦੀ ਯੋਜਨਾ ਤੇ ਵਿਚਾਰ ਕਰ ਰਿਹਾ ਹੈ ਦਰਅਸਲ ਅਮਰੀਕਾ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਘਰ ਭੇਜਣ ਦੀ ਯੋਜਨਾ ਤੇ ਵਿਚਾਰ ਕਰ ਰਿਹਾ ਹੈ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਨੇ ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਅਮਰੀਕਾ ਨੇ ਸੋਮਵਾਰ ਨੂੰ ਅਜੇ ਵਿਦਿਆਰਥੀਆਂ ਤੋਂ ਵਿਦਿਆਰਥੀ ਵੀਜ਼ਾ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ ਜਿਨ੍ਹਾਂ ਦੀ ਕਲਾਸ ਕੋਰੋਨਾ ਕਾਰਨ ਸਿਰਫ ਆਨਲਾਈਨ ਮਾਡਲ ਤੇ ਹੋ ਰਹੀ ਹੈ ਇੱਕ ਰਿਪੋਰਟ ਦੇ ਮੁਤਾਬਿਕ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਨਾਨ ਇਮੀਗ੍ਰੈਂਟ ਐਫ1 ਅਤੇ ਐਮ1 ਵਿਦਿਆਰਥੀਆਂ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਦੀਆਂ ਸਿਰਫ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਵਿਭਾਗ ਦੇ ਅਨੁਸਾਰ ਅਜੇਹ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਉਹ ਅਜੇ ਵੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਨੂੰ ਅਮਰੀਕਾ ਛੱਡ ਕੇ ਆਪਣੇ ਦੇਸ਼ ਜਾਣਾ ਹੋਵੇਗਾ। ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਵਿਦਿਆਰਥੀਆਂ ਨੂੰ ਇਸ ਦੇ ਨਤੀਜੇ ਭੁਗਤਨੇ ਪੈ ਸਕਦੇ ਨੇ। ICE ਨੇ ਸਟੇਟਸ ਦੇ ਵਿਭਾਗ ਨੇ ਕਿਹਾ ਹੈ ਕਿ ਅਜਿਹੇ ਵਿਦਿਆਰਥੀ ਜਿਨ੍ਹਾਂ ਦੀਆਂ ਕਲਾਸਾਂ ਪੂਰੀ ਤਰ੍ਹਾਂ ਨਾਲ ਆਨਲਾਈਨ ਚੱਲ ਰਹੀਆਂ ਨੇ ਉਹਨਾਂ ਨੂੰ ਅਗਲੇ ਸਮੈਸਟਰ ਦੇ ਲਈ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅਜਿਹੇ ਵਿਦਿਆਰਥੀਆਂ ਨੂੰ ਸੂਬੇ ਦੇ ਵਿੱਚ ਬੜਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸੈਮੈਸਟਰ ਦੀ ਪੜਾਈ ਸਤੰਬਰ ਤੋਂ ਦਸੰਬਰ ਦੇ ਦਰਮਿਆਨ ਹੁੰਦੀ ਹੈ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਪੜਾਈ ਕਰਨ ਵਾਲੇ ਇਹ ਵਿਦਿਆਰਥੀ F1 ਵੀਜ਼ਾ ਤੇ ਇੱਥੇ ਆਉਂਦੇ ਨੇ ਉੱਥੇ ਹੀ ਅਮਰੀਕਾ ਦੇ ਵਿੱਚ ਵੋਕੇਸ਼ਨਲ ਜਾਂ ਫਿਰ ਹੋਰ ਮਾਨਤਾ ਪ੍ਰਾਪਤ ਗੈਰ ਵਿਦਿਆਰਥੀ ਸੰਸਥਾਵਾਂ ਦੇ ਵਿੱਚ ਤਕਨੀਕੀ ਪ੍ਰੋਗਰਾਮਾਂ ਦੇ ਵਿੱਚ ਦਾਖਲਾ ਲੈਣ ਵਾਲੇ M1 ਵੀਜ਼ਾ ਤੇ V ਅਤੇ ਆਉਂਦੇ ਨੇ ਹਰਦਨਾਲ ਨਾਲ ਸੰਬੰਧਿਤ ਕਾਨਪੁਰ ਤੋਂ ਆਈ ਖਬਰ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਵਿੱਚ ਕਾਨਪੁਰ ਦੇ ਚੌਬੇਪੁਰ ਖੇਤਰ ਦੇ ਵਿੱਚ 8 ਪੁਲਿਸ ਮੁਲਾਜ਼ਮਾਂ ਦੀ ਜਾਨ ਲੈਣ ਵਾਲੇ ਹਿਸਟਰੀ ਸ਼ੀਟਰ ਵਿਕਾਸ ਦੁਬੇ ਦੀ ਗ੍ਰਿਫਤਾਰੀ ਦੇ ਵਿੱਚ ਡਿਊਟੀ ਪੁਲਿਸ ਦੇ ਹੱਥ ਕਈ ਅਜੀਹੀਆਂ ਚੀਜ਼ਾਂ ਲੱਗੀਆਂ ਨੇ ਜੋ ਉਸ ਦੇ ਛਾਤਰ ਹੋਣ ਦੀ ਪੁਸ਼ਟੀ ਕਰਦੀਆਂ ਨੇ ਪੁਲਿਸ ਸੂਤਰਾਂ ਦੇ ਅਨੁਸਾਰ ਮੰਗਲਵਾਰ ਨੂੰ ਦੱਸਿਆ ਗਿਆ ਹੈ ਕਿ ਵਿਕਾਸ ਦੁਬੇ ਨੇ ਆਪਣੇ ਘਰ ਦੇ ਵਿੱਚ ਇੱਕ ਵਾਇਰਲੈਸ ਕੰਟਰੋਲ ਰੂਮ ਵੀ ਬਣਾ ਰੱਖਿਆ ਸੀ ਅਤੇ ਇਸ ਦੀ ਵਰਤੋਂ ਉਹ ਆਪਣੇ ਗੁਰਗਿਆਂ ਨਾਲ ਸੰਪਰਕ ਬਣਾਏ ਰੱਖਣ ਦੇ ਲਈ ਕਰਦਾ ਰਹਿੰਦਾ ਸੀ ਸਭ ਤੋਂ ਖਾਸ ਗੱਲ ਤਾਂ ਇਹ ਪੁਲਿਸ ਨੂੰ ਪਤਾ ਲੱਗਿਆ ਕਿ ਉਸ ਦਾ ਹਰ ਇੱਕ ਸਾਥੀ ਉਸ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਜਿਸ ਕਾਰਨ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਲਈ ਉਸ ਦੇ ਘਰ ਦੇ ਨੌਕਰ-ਨੌਕਰਾਨੀ ਤੋਂ ਲੈ ਕੇ ਗੁਰਗਿਆਂ ਤੱਕ ਦੇ ਕਈ ਤਰ੍ਹਾਂ ਦੇ ਪਛਾਣ ਪੱਤਰ ਬਣਵਾ رکھے ਸੀ। ਸੂਤਰਾਂ ਦੇ ਅਨੁਸਾਰ ਵਿਕਾਸ ਦੇ ਢਾਏ ਗਏ ਕਿਲੇ ਤੋਂ ਪੁਲਿਸ ਦੇ ਹੱਥ ਲੱਗੇ ਪਛਾਣ ਪੱਤਰਾਂ ਦੇ ਫੋਟੋਆ ਕਿਸੇ ਦੀਆਂ ਅਤੇ ਨਾਮ ਕਿਸੇ ਦਾ ਤੇ ਪਤਾ ਕਿਸੇ ਹੋਰ ਦਾ ਏ। ਇਹਨਾਂ ਪਛਾਣ ਪੱਤਰਾਂ ਦੇ ਨਾਲ ਵਿਕਾਸ ਜ਼ਮੀਨਾਂ ਬੈਨਾਮਾ ਤੋਂ ਲੈ ਕੇ ਵਾਹਨਾ ਤੱਕ ਦੀ ਖਰੀਦ ਦੀ ਖੇਡ ਕਰਦਾ ਸੀ। ਵਿਕਾਸ ਨੇ ਆਪਣੇ ਗੁਰਗਿਆਂ ਰਿਸ਼ਤੇਦਾਰਾਂ ਅਤੇ ਨੌਕਰ-ਨੌਕਰਾਨੀ ਦੇ ਨਾਂ ਤੇ ਕਈ ਚੱਲ ਅਚੱਲ ਜਾਇਦਾਦ ਖਰੀਦ ਰੱਖੀ ਸੀ ਅਤੇ ਉਸ ਦੇ ਧੋਖਾਧੜੀ ਦੇ ਧੰਦੇ ਵਿੱਚ ਉਸ ਦਾ ਹਰ ਇੱਕ ਸਾਥੀ ਬਰਾਬਰ ਉਸ ਦਾ ਸਾਥ ਦੇ ਰਿਹਾ ਸੀ ਮਾਮਲੇ ਨੂੰ ਲੈ ਕੇ ਆਈ ਜੀ ਰੇਂਜ ਕਾਨਪੁਰ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਵਿੱਚ ਇਨ੍ਹਾਂ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਧੋਖਾਧੜੀ ਦੇ ਲਈ ਕੀਤੀ ਜਾਣੀ ਮੰਨੀ ਜਾਂਦੀ ਹੈ ਸਬੂਤ ਜਟਾਉਣ ਦੇ ਲਈ ਬੈਂਕ ਅਤੇ ਫਾਈਨੈਂਸ ਕੰਪਨੀਆਂ ਦੇ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਭਾਰਤ ਨਾਲ ਸੰਬੰਧਿਤ ਹਰਿਆਣਾ ਤੋਂ ਆਈ ਇਸ ਖਬਰ ਦੇ ਅਨੁਸਾਰ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਦੇ ਵਿੱਚ 75% ਦੀ ਰਾਖਵਾ ਕਰਨ ਦੇਣ ਦੇ ਪ੍ਰਸਤਾਵ ਤੇ ਮੋਹਰ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਸਰਕਾਰ ਨੇ 95% ਦੀ ਹਰਿਆਣਾ ਵਾਸੀਆਂ ਨੂੰ ਨੌਕਰੀ ਦੇਣ ਵਾਲੀਆਂ ਸੰਸਥਾਵਾਂ ਨੂੰ ਇਨਸੈਂਟਿਵ ਦੇਣ ਦੀ ਯੋਜਨਾ ਵੀ ਬਣਾਈ ਹੈ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਅਜਿਹਾ ਕਦਮ ਚੁੱਕਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਸਰਕਾਰ ਨੇ ਦੱਸਿਆ ਕਿ ਇਹਨਾਂ 75% ਲੋਕਾਂ ਦੇ ਵਿੱਚ ਅਜੇਹੇ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਦੀ ਤਨਖਾਹ 50000 ਤੋਂ ਘੱਟ ਹੋਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਸ ਤੋਂ ਵੱਧ ਤਨਖਾਹ ਵਾਲੇ ਕਰਮੀਆਂ ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ ਕੁੱਲ ਮਿਲਾ ਕੇ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਹਰਿਆਣਾ ਦੇ ਨੌਜਵਾਨਾਂ ਨੂੰ ਬਹੁਤ ਲਾਭ ਮਿਲੇਗਾ ਪੰਜਾਬ ਨਾਲ ਸੰਬੰਧਿਤ ਪਠਾਨਕੋਟ ਸਈ ਖਬਰ ਦੇ ਅਨੁਸਾਰ ਕਰੋਨਾ ਫਫ ਦਰਮਿਆਨ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਮੁਤਾਬਕ ਹੁਣ ਜੇਕਰ ਕੋਈ ਬਾਹਰੀ ਸੂਬੇ ਤੋਂ ਪੰਜਾਬ ਵਿੱਚ ਐਂਟਰੀ ਕਰਦਾ ਹੈ ਤਾਂ ਉਸ ਕੋਲ ਕੋਵਾ ਐਪ ਅਤੇ ਈ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ ਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕੋਲ ਬਕਾਇਦਾ ਇਸ ਦਾ ਪ੍ਰਿੰਟ ਆਊਟ ਹੋਣਾ ਚਾਹੀਦਾ ਹੈ ਇਸ ਦੇ ਮੱਦੇ ਨਜ਼ਰ ਪਠਾਨਕੋਟ ਦੇ ਵਿੱਚ ਪੰਜਾਬ ਹਿਮਾਚਲ ਸਰਹੱਦ ਤੇ ਪੁਲਿਸ ਵੱਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਹੈ ਇਸੇ ਸੰਬੰਧੀ ਜਾਣਕਾਰੀ ਐਸਪੀ ਆਪਰੇਸ਼ਨ ਹੇਮ ਪੁਸ਼ਪਵਾਲੋ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ ਸਿਰਫ 2 ਜਾਂ 3 ਐਂਟਰੀ ਪੁਆਇੰਟ ਹੀ ਬਣਾਏ ਗਏ ਨੇ ਪੰਜਾਬ ਨਾਲ ਸੰਬੰਧਿਤ ਰੋਪੜਤਵਾਈ ਹੈ ਇਸ ਖਬਰ ਦੇ ਅਨੁਸਾਰ ਕਰੋਨਾ ਵਾਇਰਸ ਦੇ ਚੱਲਦੇ ਜਿੱਥੇ ਆਮ ਆਦਮੀ ਦੇ ਕੰਮਕਾਰ ਖਤਮ ਹੋ ਗਏ ਨੇ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲਗਾਤਾਰ ਵਧਾਈਆਂ ਜਾ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਨੂੰ ਡਾਢਾ ਪਰੇਸ਼ਾਨ ਹੋਣਾ ਪੈ ਰਿਹਾ ਹੈ ਇਸ ਮੁੱਦੇ ਦਾ ਸਿਆਸੀ ਲਾਹਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੂਪਨਗਰ ਦੇ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਸਕੂਲ ਫੀਸਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ ਹੈ। ਇਸ ਰੋਸ ਰੈਲੀ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਿਲਜੀਤ ਸਿੰਘ ਚੀਮਾ ਵੱਲੋਂ ਕੀਤੀ ਗਈ ਹੈ। ਇਹ ਰੋਸ ਰੈਲੀ ਬੇਲਾ ਚੌਂਕ ਤੋਂ ਸ਼ੁਰੂ ਹੋ ਕੇ ਰੂਪਨਗਰ ਦੇ ਬਾਜ਼ਾਰਾਂ ਦੇ ਵਿੱਚ ਹੁੰਦੀ ਹੋਈ ਕਮੇਟੀ ਦਫ਼ਤਰ ਵਿਖੇ ਖਤਮ ਹੋਈ ਹੈ। ਰੋਸ ਰੈਲੀ ਦੇ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਤੇਲ ਦੀਆਂ ਵਧੀਆਂ ਕੀਮਤਾਂ ਤੇ ਸਕੂਲ ਫੀਸਾਂ ਦੇ ਸਮੇਤ ਵੱਖ-ਵੱਖ ਮੁੱਦਿਆਂ ਤੇ ਸਰਕਾਰ ਖਿਲਾਫ ਕਈ ਸਵਾਲ ਖੜੇ ਕੀਤੇ ਨੇ ਪੰਜਾਬ ਨਾਲ ਸੰਬੰਧ ਚੰਡੀਗੜ੍ਹ ਤੋਂ ਆਈ ਇਸ ਕਵਰਡ ਅਨੁਸਾਰ ਚੰਡੀਗੜ੍ਹ ਦੇ ਵਿੱਚ ਕਰੋਨਾ ਵਾਇਰਸ ਲਗਾਤਾਰ ਘਟਾ ਰਿਹਾ ਹੈ ਸ਼ਹਿਰ ਦੇ ਵਿੱਚ ਮੰਗਲਵਾਰ ਨੂੰ ਜਿੱਥੇ 5 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਉੱਥੇ ਹੀ ਕਰੋਨਾ ਪੀੜਤ ਅਸੀਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਸ਼ਹਿਰ ਦੇ ਵਿੱਚ ਕਰੋਨਾ ਦੇ ਕਾਰਨ 7ਵੀਂ ਮੌਤ ਹੈ कोरोना वायरस ਦੇ ਨਵੇਂ ਆਏ ਕੇਸਾਂ ਦੇ ਵਿੱਚ ਸੈਕਟਰ 40, ਸੈਕਟਰ 42, ਸੈਕਟਰ 32 ਅਤੇ ਸੈਕਟਰ 51 ਦੇ ਲੋਕ ਸ਼ਾਮਿਲ ਨੇ। ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਹੁਣ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 492 ਤੱਕ ਪਹੁੰਚ ਗਈ ਹੈ ਜਦੋਂ ਕਿ ਸ਼ਹਿਰ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ 84 ਸਰਗਰਮ ਮਾਮਲੇ ਚੱਲ ਰਹੇ ਨੇ। ਇਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ। ਹੁਣ ਦੇ ਉੱਗਾ ਗੰਦੀਪ ਨੂੰ ਇਜਾਜ਼ਤ ਸੁੰਦਰੋ ਰੇਡੀਓ ਚੰਨ ਪਰਦੇਸੀ।